ਕਿ ਚਲੋ 500 ਮੀਟਰ ਟਾਈਟਲ ਤੁਹਾਡੇ ਕੋਲ ਆਏਗਾ ਤੁਹਾਨੂੰ ਸਟੋਰੀ ਨਹੀਂ ਪਤਾ ਕਿਹੜੀ ਚੀਜ਼ ਮਾਈਂਡ ਦੇ ਵਿੱਚ ਆਈ ਕਿ ਕੀ ਕਨਸੈਪਟ ਹੋ ਸਕਦਾ ਐਕਚੁਅਲੀ ਸਟੋਰੀ ਕਨਸੈਪਟ ਮੇਰਾ ਹੀ ਸੀਗਾ ਜਿਹੜਾ ਸੀਗਾ ਨਾ ਮੇਰਾ ਇੱਕ ਦੋਸਤ ਨੇ ਅਮਰੋਜ਼ ਉੱਪਲ ਉਹਨਾਂ ਨੇ ਸੁਣਾਇਆ ਸੀ ਕੇਸ ਤੇ ਉਸ ਤੋਂ ਬਾਅਦ ਕੇਸ ਤੇ ਅਸੀਂ ਕਹਾਣੀ ਬੁਣ ਲਈ ਕਹਾਣੀ ਬੁਣ ਕੇ ਫਿਰ ਗੁਰਪ੍ਰੀਤ ਭੁੱਲਰ ਨੇ ਰਾਈਟਰ ਉਹਨਾਂ ਨੂੰ ਬਿਠਾਇਆ ਠੀਕ ਹੈ ਉਹਨੇ ਸਾਰਾ ਸਕਰੀਨ ਪਲੇ ਚੀਜ਼ਾਂ ਡਾਇਲੋਗ ਉਹਨਾਂ ਨੇ ਬਹੁਤ ਵਧੀਆ ਲਿਖੇ ਮਾਨਵ ਸ਼ਾਹ ਨੇ ਡਾਇਰੈਕਟ ਕੀਤੀ ਹੈ ਸੋ ਇਹ ਕਹਾਣੀ ਆਉਣ ਤੋਂ ਪਹਿਲਾਂ ਸਾਡੇ ਕੋਲ ਥਾਟ ਆਪਣਾ ਹੀ ਸੀਗਾ ਉਸਦੇ ਦੀਵਾਲੀ ਅਸੀਂ ਸਾਰਾ ਫਿਰ ਚਬਾਰਾ ਬੁਣਿਆ ਮਤਲਬ ਮੈਂ ਜੇ 10 ਜਾਣੇ ਨੂੰ ਪੁੱਛਿਆ ਕਰਾਂ 9 ਆਰਟਿਸਟ ਦੇ ਵਿੱਚੋਂ ਇਹੀ ਜਵਾਬ ਹੁੰਦਾ ਸਾਰੇ ਤੁਹਾਡਾ ਨਾਮ ਲੈਂਦੇ ਤਾਂ ਤੁਸੀਂ ਨਹੀਂ ਸੋਚਿਆ ਮੈਂ ਇੰਨਾ ਫਿੱਟ ਹਾਂ ਮੈਂ ਵੀ ਕਿਤੇ ਹੈ ਨਾ ਪੁਲਿਸ ਵੱਲ ਟਰਾਈ ਕਰ ਲਾਂ ਆਪਣੇ ਬਚਪਨ ਦੇ ਵਿੱਚ ਆਮ ਘਰਾਂ 'ਚ ਕਹਿੰਦੇ ਹੀ ਆ ਮਾਪਿਓ ਆਰਮੀ ਚੱਲਦੇ ਆ ਪੁਲਿਸ ਵਿੱਚ ਚੱਲਦਾ ਬਿਲਕੁਲ ਕਹਿੰਦੇ ਜੀ ਇਹ ਸੱਚੀ ਗੱਲ ਆ ਜੇ ਮੈਨੂੰ ਕੋਈ ਨੌਕਰੀ ਮਿਲ ਗਈ ਹੁੰਦੀ ਮੈਂ ਐਕਟਰ ਨਾ ਹੁੰਦਾ ਸਭ ਤੋਂ ਪਹਿਲਾਂ ਮੈਂ ਨੌਕਰੀ ਦੀ ਭਾਲ ਹੀ ਕੀਤੀ ਘਰਦੇ ਕਹਿੰਦੇ ਸੀ 2 ਰੁਪਏ ਆਉਣ ਲੱਗ ਜਾਣਗੇ ਤੂੰ ਪਲੱਸ 2 ਕਰ ਲਈ ਆ 10ਵੀਂ ਕਰ ਲਈ ਕੋ ਲੱਭ ਲਾ ਮੈਂ ਪੁਲਿਸ ਦੀਆਂ ਟ੍ਰਾਇਲਸ ਵੀ ਦਿੱਤੀਆਂ ਆਰਮੀ ਦੀਆਂ ਟ੍ਰਾਇਲਸ ਵੀ ਦਿੱਤੀਆਂ ਨੇਵੀ ਦੀਆਂ ਟ੍ਰਾਇਲਸ ਵੀ ਦਿੱਤੀਆਂ ਕਲਰਕਾਂ ਪਟਵਾਰੀਆਂ ਦੇ ਟੈਸਟ ਵੀ ਦਿੱਤੇ ਆ ਪਰ ਮੈਨੂੰ ਇਹ ਲੱਗਦਾ ਕਿ ਇੱਧਰ ਆਉਣਾ ਸੀਗਾ ਹੈ ਨਾ ਕਿਉਂਕਿ ਮੈਂ ਇੱਕ ਮਤਲਬ ਆਮ ਜ਼ਿੰਦਗੀ 'ਚ ਪੇਸ਼ੈਂਸ ਰੱਖਣ ਵਾਲਾ ਇਨਸਾਨ ਹੈਗਾ ਮੈਂ ਆਪਣੇ ਗੋਲ ਲਈ ਕਿੰਨਾ ਚਿਰ ਬਹਿ ਕੇ ਵੇਟ ਵੀ ਕਰ ਸਕਦਾ ਲਾਲਚੀ ਨਹੀਂ ਹੈ ਗ੍ਰੇਡੀ ਹੁੰਦਾ ਸ਼ਾਇਦ ਮੈਂ ਫਰਸਟ੍ਰੇਟਿਡ ਹੋ ਜਾਂਦਾ ਜਾਂ ਕੋਈ ਗਲਤ ਰਾਹ ਚੱਕ ਲੈਂਦਾ ਹੁਣ ਉੱਥੇ ਜੌਬ ਮਿਲ ਜਾਂਦੀ ਫਿਰ ਤੁਸੀਂ 8-10 ਘੰਟੇ ਜੌਬ ਕਰਨ ਤੋਂ ਬਾਅਦ ਕਿੱਥੇ ਤੁਸੀਂ ਸੁਨਾਮ ਤੋਂ ਚੰਡੀਗੜ੍ਹ ਆਉਣ ਦਾ ਟਾਈਮ ਲੱਗਦਾ ਜਾਂ ਕਿਸੇ ਨੂੰ ਫੋਟੋਆਂ ਫੜਾਉਣ ਦਾ ਟਾਈਮ ਲੱਗਦਾ ਫਿਰ ਤਾਂ ਉੱਥੇ ਜ਼ਿੰਦਗੀ ਸੌਖੀ ਨਹੀਂ ਲੱਗਦੀ ਦਾਇਰਾ ਛੋਟਾ ਹੋ ਜਾਂਦਾ ਜ਼ਿੰਦਗੀ ਸੌਖੀ ਹੋਈ ਤਨਖਾਹ ਆਉਂਦੀ ਖਰਚ ਨਹੀਂ ਸੀ ਅਗਲੇ ਮਹੀਨੇ ਦੀ ਵੇਟ ਕਰਨੀ ਫਿਰ ਆਹ ਜ਼ਿੰਦਗੀ ਨੂੰ ਜਿਹੜੇ ਵਾਈਡ ਐਂਗਲ ਨਾਲ ਮੈਂ ਦੇਖਦਾ ਜਾਂ ਜਿਹੜਾ ਜ਼ਿੰਦਗੀ ਦਾ ਕੈਨਵਸ ਮੈਂ ਦੇਖਦਾ ਸਮੁੰਦਰਾਂ ਤੋਂ ਆਰ ਪਾਰ ਪਹਾੜਾਂ ਤੋਂ ਆਰ ਪਾਰ ਹੈ ਨਾ ਰੇਗਿਸਤਾਨਾਂ ਤੋਂ ਆਰ ਪਾਰ ਮੈਂ ਨਹੀਂ ਦੇਖ ਸਕਦਾ ਬਿਲਕੁਲ ਠੀਕ ਹੈ ਨਾ ਰੱਬ ਨੇ ਦਿਖਾਉਣਾ ਤਾਂ ਮੈਨੂੰ ਇਹ ਚੀਜ਼ਾਂ ਸੀਗੀਆਂ ਅਤੇ ਜੇ ਮੈਂ ਪੁਲਿਸ 'ਚ ਭਰਤੀ ਹੋ ਕੇ ਉੱਥੇ ਹੋਣਾ ਸੀ ਸ਼ਾਇਦ ਉਹ ਮੈਨੂੰ ਮਨਜ਼ੂਰ ਨਾ ਹੁੰਦਾ ਸ਼ਾਇਦ ਜਦੋਂ ਮੈਂ ਨਹੀਂ ਸਿਲੈਕਟ ਹੁੰਦਾ ਸੀ ਤਾਂ ਮੇਰੀ ਅਰਦਾਸ ਹੁੰਦੀ ਸੀ ਸ਼ੁਕਰੀਆ ਬਾਬਾ ਜੀ ਉਹਨੇ ਪਹਿਲੀ ਪੈਂਦੇ ਗੱਲ ਕੀਤੀ ਕਹਿੰਦਾ ਯਾਰ ਕਿਤੇ ਸਰਕਾਰੀ ਨੌਕਰੀ ਲੱਗ ਜਾਂਦਾ ਕਿਹੜੇ ਕੰਮਾਂ ਦੇ ਵਿੱਚ ਪਿਆ ਹੈਗਾ ਅੱਜ ਦੇਖ ਲਿਆ ਕਹਿੰਦਾ ਮੇਰੇ ਕੋਲ ਸਰਕਾਰੀ ਨੌਕਰੀ ਵੀ ਮੈਂ ਗਾਉਂਦਾ ਵੀ ਹਾਂ ਮੈਂ ਕਿਹਾ ਤੁਸੀਂ ਤਾਂ ਦੋਗਲੇ ਜੀ ਠੀਕ ਹੈ ਮੈਂ ਮੁੜ ਕੇ ਗਿਆ ਨਹੀਂ ਉਹਨਾਂ ਮੈਂ ਕਿਹਾ ਤੁਸੀਂ ਤਾਂ ਦੋਗਲੇ ਹੋ ਸਰਕਾਰ ਦਾ ਵੀ ਖਾਂਦੇ ਆਪਣੇ ਸ਼ੌਕ ਵੀ ਪੂਰੇ ਕਰ ਦਿਓ ਮੈਂ ਤਾਂ ਸਿਰਫ ਸ਼ੌਕ ਲਈ ਆਇਆ ਅਤੇ ਜਿੰਨੀ ਤੁਹਾਡੀ ਤਨਖਾਹ ਹੈ ਇਦੋਂ ਵੱਧ ਮੈਂ ਮਹੀਨੇ 'ਚ ਕਮਾ ਕੇ ਦਿਖਾ ਦੂੰ ਠੀਕ ਹੈ ਨਾ ਅੱਜ ਉਨੀ ਤਨਖਾਹ ਦੇਈਦੀ ਆ ਬੰਦੇ ਰੱਖੇ ਹੋਏ ਆ ਕੰਮ ਕਰਦੇ ਆ ਜੇ ਤੁਸੀਂ ਜ਼ਿੰਦਗੀ 'ਚ ਰਿਸਕ ਨਹੀਂ ਲਓਗੇ ਆਪਣਾ ਰੁਜ਼ਗਾਰ ਨਹੀਂ ਵਧਾਓਗੇ ਉਹ ਬੈਂਕ 'ਚ ਪਿਆ ਪੈਸਾ ਤਾਂ ਉਨਾ ਹੀ ਹੈ ਤੁਸੀਂ ਮਰ ਜਾਣਾ ਉਹਨੇ ਬੈਂਕ 'ਚ ਉਨਾ ਹੀ ਪਿਆ ਰਹਿਣਾ ਹੈਗਾ ਉਹ ਉਹਨੇ ਕੁਛ ਕਰਨਾ ਉਹਦੇ ਨਾਲ ਕੁਛ ਕਰ ਲਓ ਤਾਂ ਚੰਗੀ ਗੱਲ ਹਰ ਇੱਕ ਬੰਦਾ ਦੇਖਦਾ ਕਿ ਪੁਲਿਸ ਵਾਲੇ ਨੂੰ ਫਿੱਟ ਹੋਣਾ ਚਾਹੀਦਾ ਕੀ ਤੁਸੀਂ ਸਮਾਜਿਕ ਤੌਰ 'ਤੇ ਜਿਹੜੇ ਲੋਕਾਂ 'ਚੋਂ ਵਿਚਰਦੇ ਹੋ ਤੁਰੇ ਜਾਂਦੇ ਗੱਡੀਆਂ 'ਚ ਪੁਲਿਸ ਵਾਲੇ ਦੇਖਦੇ ਤੁਹਾਨੂੰ ਫਿੱਟ ਨਜ਼ਰ ਆਉਂਦੇ ਆ ਨਹੀਂ ਇਹ ਵੀ ਸਮਾਜਿਕ ਮੈਸੇਜ ਹੈਗਾ ਕਿ ਅਸੀਂ ਉਹ ਲੋਕ ਹੈਗੇ ਹਾਂ ਜਿਨ੍ਹਾਂ ਦੇ ਸਾਰੇ ਸਕੂਲ 'ਚ ਬੱਚਿਆਂ ਨੂੰ ਲੋਕ ਛੱਡਣ ਜਾਂਦੇ ਆ ਸਾਡੇ ਵਰਗੇ ਮਾਰਕੀਟ ਸਬਜ਼ੀ ਮੰਡੀ ਸਬਜ਼ੀਆਂ ਖਰੀਦਣ ਜਾਂਦੇ ਆ ਜਾਂ ਕੋਈ ਕੰਮ ਕਰਦੇ ਉਹ ਕਾਹਦੇ ਕਰਕੇ ਉਹ ਤੁਹਾਡੇ ਲੋਕਾਂ ਕਰਕੇ ਤੇ ਜੇ ਕ੍ਰਾਈਮ ਕਰਨ ਵਾਲਾ ਇੰਨਾ ਫਿੱਟ ਹੈ ਤੁਸੀਂ ਨਹੀਂ ਹੈਗੇ ਫਿਰ ਉਹਨੂੰ ਹੈਂਡਲ ਕਿਵੇਂ ਕਰੋਗੇ ਹੈਂਡਲ ਭੱਜੂਗੇ ਕਿਵੇਂ ਉਹਦੇ ਪਿੱਛੇ ਹਨਾ ਤੁਸੀਂ ਪਰਸਨਲੀ ਇੱਕ ਐਜ਼ ਅ ਆਰਟਿਸਟ ਹੋਣ ਦੇ ਨਾਤੇ ਕਿਹੜਾ ਉਹ ਕੈਰੈਕਟਰ ਹੈ ਜਿਹੜਾ ਪਲੇ ਕਰਨਾ ਚਾਹੁੰਦੇ ਹੋ ਕਿਹੜਾ ਮੇਰੇ ਮੈਂ ਸ਼ੁਰੂ ਤੋਂ ਥੋੜ੍ਹਾ ਜਿਹਾ ਹਿਸਟਰੀ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਇੰਟਰਸਟ ਰਿਹਾ ਮੇਰਾ ਜਾਂ ਹੋਰ ਮੈਨੂੰ ਕਿਰਦਾਰ ਪਸੰਦ ਨੇ ਪਰ ਉਹ ਮਹਿੰਗੇ ਬਹੁਤ ਆ ਮੇਰੇ ਡਰੀਮ ਕਿਰਦਾਰ ਨੇ ਹਰੀ ਸਿੰਘ ਨਲੂਆ ਜੱਸਾ ਸਿੰਘ ਰਾਮਗੜੀਆ ਪੋਰਸ ਜਿਹਨਾਂ ਨੇ ਸਿਕੰਦਰ ਵਰਗੇ ਰਾਜਿਆਂ ਨਾਲ ਫਾਈਟ ਕੀਤੀ ਸਿਕੰਦਰ ਨਾਲ ਜ਼ਿਆਦਾ ਮੈਨੂੰ ਪੋਰਸ ਦਾ ਕਰੈਕਟਰ ਪਸੰਦ ਆ ਜਿਹਨੇ ਉਹਦੇ ਨਾਲ ਫਾਈਟ ਕੀਤੀ ਬੜੇ ਹਿਸਟੋਰੀ ਮਹਾਰਾਜਾ ਰਣਜੀਤ ਸਿੰਘ ਇਹ ਜੀ ਹਿਸਟੋਰੀਕਲ ਕਰੈਕਟਰ ਨੇ ਜਿਹੜੇ ਮੈਂ ਕਰਨਾ ਚਾਹੁੰਦਾ ਅਤੇ ਜਿਹਨਾਂ ਨੂੰ ਕਰਨ ਲਈ ਬਹੁਤ ਵੱਡਾ ਪੈਸਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਅਤੇ 500 ਮੀਟਰ ਦਾ ਟ੍ਰੇਲਰ ਤਾਂ ਸਾਰਿਆਂ ਨੇ ਦੇਖ ਲਿਆ ਚਾਹੇ ਟ੍ਰੇਲਰ 500 ਮੀਟਰ ਦਾ ਲੇਕਿਨ ਉਹਦੇ ਚਰਚੇ 17 ਲੱਖ ਲੋਕਾਂ 'ਚ ਹੋ ਚੁੱਕੇ ਹੈ ਅਤੇ ਕਰਤਾਰ ਚੀਮਾ ਮੌਜੂਦ ਹੈ ਜਿਹਨਾਂ ਨੇ ਪੁਲਿਸ ਦੇ ਕਰੈਕਟਰ ਦੇ ਵਿੱਚ ਸਾਰਿਆਂ ਨੂੰ ਐਂਟਰਟੇਨ ਵੀ ਕੀਤਾ ਸਾਰਿਆਂ ਦਾ ਦਿਲ ਵੀ ਜਿੱਤਿਆ ਅਤੇ ਜੋ ਪੁਲਿਸ ਵਾਲੇ ਐਚਓਐਲ ਦੇ ਵਿੱਚ ਹੁੰਦੇ ਆ ਉੱਦਾਂ ਦੇ ਇਹਨਾਂ ਨੇ ਕਰੈਕਟਰ ਪਲੇ ਕੀਤਾ ਸਭ ਤੋਂ ਪਹਿਲਾਂ ਤਾਂ ਪੰਜਾਬੀ ਗਰੁੱਪ 'ਚ ਇਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਠੀਕ ਠਾਕ ਹੋ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਆਮ ਤੌਰ 'ਤੇ ਤਾਂ ਲੋਕ ਪੁਲਿਸ ਵਾਲੇ ਨੂੰ ਦੇ ਕੇ ਡਰ ਜਾਂਦੇ ਆ ਅਤੇ ਤੁਸੀਂ ਕਰੈਕਟਰ ਪਲੇ ਕੀਤਾ ਡਰ ਲੱਗਾ ਕਿ ਉਹਨੂੰ ਇੰਜੋਏ ਕੀਤਾ ਇਹ ਟ੍ਰੈਜਡੀ ਆ ਬੇਸਿਕਲੀ ਮੈਂ ਕਹਿੰਦਾ ਪੁਲਿਸ ਦੀ ਟ੍ਰੈਜਡੀ ਕਹਿ ਸਕਦੇ ਹਾਂ ਉਹ ਪੁਲਿਸ ਨੂੰ ਵੇਖ ਕੇ ਜੋ ਤੁਹਾਡੀ ਰੱਖਿਆ ਕਰਦੀ ਆਮ ਪਬਲਿਕ ਡਰੇ ਉਹ ਜਾਂ ਤਾਂ ਉਹਨਾਂ ਦੇ ਕਿਰਦਾਰਾਂ 'ਚ ਕੁਛ ਘਾਟ ਆ ਜਾਂ ਸਾਡੇ 'ਚ ਕੋਈ ਕਮੀ ਹੋਊਗੀ ਜਾਂ ਅਸੀਂ ਕੁਛ ਹੋਰ ਸੋਚਦੇ ਹਾਂ ਅਤੇ ਮੇਰਾ ਉਹ ਇੱਕ ਜਿਹੜਾ ਗੈਪ ਹੈ ਨਾ ਆਮ ਜਨਤਾ ਦੇ ਪੁਲਿਸ ਦੇ ਵਿੱਚ ਉਹ ਜੋ ਮੈਂ ਕਿਰਦਾਰ ਕੀਤਾ ਉਹ ਕਿਰਦਾਰ ਇਹੀ ਸਮਝਾਉਂਦਾ ਉਹ ਕਿਰਦਾਰ ਇਹ ਗੱਲ ਕਰਦਾ ਕਹਿੰਦਾ ਵੀ ਜੇ ਮੇਰਾ ਦਿਮਾਗ ਇਹ ਕਹਿੰਦਾ ਕਿ ਇਹ ਜਿਹੜਾ ਕੇਸ ਹੈ 500 ਮੀਟਰ 'ਚ ਹੈ ਉਹਨੂੰ ਤਾਂ ਪਤਾ ਲੱਗਦਾ
ਉਹ ਉੱਥੇ ਲੋਕੇਸ਼ਨ 'ਤੇ ਰਹਿ ਕੇ ਕ੍ਰਾਈਮ ਸੀਨ 'ਤੇ ਰਹਿ ਕੇ ਲੋਕਾਂ 'ਚ ਵਿਚਰ ਕੇ ਉੱਥੇ ਕੁਰਸੀ ਡਾ ਕੇ ਉੱਥੇ ਬਿਨਾਂ ਪੁਲਿਸ ਵਾਲੇ ਦੀ ਵਰਦੀ ਪਾ ਕੇ ਬਹਿ ਕੇ ਗੱਲ ਕਰਨਾ। ਹੁਣ ਤੁਸੀਂ ਕਿਸੇ ਪੁਲਿਸ ਵਾਲੇ ਨੂੰ ਕੋਈ ਕਿਉਂ ਦੇਣਾ, ਉਹਦੇ ਆਫਿਸ 'ਚ ਕਿਤੇ ਜਾਊਂਗੇ ਨਹੀਂ, ਖਾਕੀ ਵਰਦੀ 'ਚ ਉਹਨੂੰ ਬੁਲਾਉਂਗੇ ਨਹੀਂ। ਸਾਨੂੰ ਵੈਸੇ ਵੀ ਲੱਗਦਾ ਯਾਰ ਬਾਹਰ ਖੜ੍ਹੇ ਹਾਂ ਤਾਂ ਕੀ ਗੱਲਬਾਤ ਹੋਊ। ਜਦੋਂ ਤੁਸੀਂ ਕ੍ਰਾਈਮ ਸੀਨ ਦੇ ਉੱਤੇ ਇੱਕ ਕੋਮਨ ਮੈਨ ਬਣ ਕੇ ਬੈਠੇ, ਤੁਰਿਆ ਜਾਂਦਾ ਬੰਦਾ ਵੀ ਕਹਿ ਦੂਗਾ ਬਾਈ ਜੀ ਉਹ ਮੜ ਜਾ ਫਲਾਣੇ ਬੰਦੇ ਨੂੰ ਦੇਖ ਲਿਓ, ਮੈਨੂੰ ਲੱਗਦਾ ਵੀ ਕੇਸ ਉੱਥੇ ਹੋਊਗਾ। ਕੁਛ ਬੰਦਾ ਵਿਹਲੜ ਹੁੰਦੇ ਆ, ਕੱਛਾਂ ਜਾਂ ਤੁਹਾਡੇ ਖੜ੍ਹੇ ਆ, ਇਹ ਲੱਗਦਾ ਫਲਾਣੇ ਭਈਏ ਦਾ ਕੰਮ ਹੈ, ਕੋਈ ਕਹਿ ਦੂ ਫਲਾਣੇ ਉਹਦੇ ਕੰਮ ਵਾਲੇ ਦਾ ਕੰਮ ਹੈ, ਸੋ ਉੱਥੋਂ ਕਿਉਂ ਮਿਲਦੇ ਆ। ਸੋ ਇਹ ਉਹੀ ਗੈਪ ਨੂੰ ਮੇਨਟੇਨ ਕਰਦਾ ਕਿਰਦਾਰ ਰਾਜਵੀਰ ਸਿੰਘ ਨੂੰ ਕਿ ਪਬਲਿਕ ਅਤੇ ਪੁਲਿਸ ਦੇ ਵਿੱਚ ਇਹਨਾਂ ਗੈਪ ਕਿਉਂ, ਜਾਂ ਤਾਂ ਉੱਪਰ ਨਹੀਂ ਆ ਸਕਦੇ, ਅਸੀਂ ਤਾਂ ਥੱਲੇ ਜਾ ਸਕਦੇ ਹਾਂ, ਅਸੀਂ ਤਾਂ ਸੀਨ ਨੂੰ ਉਸ ਤਰੀਕੇ ਨਾਲ ਦੇਖ ਸਕਦੇ ਹਾਂ, ਉਹਨਾਂ 'ਚ ਵਿਚਰ ਸਕਦੇ ਹਾਂ, ਆਹੀ ਗੱਲ ਆ, ਆਹੀ ਕਹਾਣੀ। ਮਤਲਬ ਹਰ ਪਾਸੇ ਤੁਹਾਡੇ ਚਰਚੇ ਹੋ ਰਹੇ, 5 ਐਪੀਸੋਡ ਇਹਦੇ ਆਏ ਆ, ਲੇਕਿਨ ਫਿਰ ਵੀ ਆਡੀਅੰਸ ਹੋਰ ਡਿਮਾਂਡ ਕਰ ਰਹੀ ਹੈ, ਮਤਲਬ ਕੁਛ ਤਾਂ ਦਮ ਹੈਗਾ ਇਹਦੇ ਵਿੱਚ, ਹੈ ਨਾ। ਤੁਸੀਂ ਇੱਕ ਪੁਲਿਸਮੈਨ ਦਾ ਕਰੈਕਟਰ ਪਲੇ ਕੀਤਾ ਅਤੇ ਕਿੰਨਾ ਕੁ ਜ਼ਿਆਦਾ ਕਨੈਕਟ ਕਰ ਪਾਏ ਉਸ ਚੀਜ਼ ਨੂੰ, ਫਿਟ ਤਾਂ ਤੁਸੀਂ ਹੈਗੇ, ਤੁਹਾਨੂੰ ਮੈਨੂੰ ਨਹੀਂ ਲੱਗਦਾ ਫਿਜ਼ੀਕਲੀ ਆਪਣੇ ਆਪ 'ਤੇ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼। ਔਰ ਇਹ ਗੱਲ ਵੀ ਖਾਸੀ ਤਾਂ ਦੇਖੋ ਤੁਹਾਡੀ ਗੱਲ ਵਿੱਚ ਹੈ, ਹਰ ਇੱਕ ਬੰਦਾ ਦੇਖਦਾ ਕਿ ਪੁਲਿਸ ਵਾਲੇ ਨੂੰ ਫਿੱਟ ਹੋਣਾ ਚਾਹੀਦਾ। ਕੀ ਤੁਸੀਂ ਸਮਾਜਿਕ ਤੌਰ 'ਤੇ ਜਿਹੜੇ ਲੋਕਾਂ 'ਚੋਂ ਵਿਚਰਦੇ ਹੋ, ਤੁਰੇ ਜਾਂਦੇ ਗੱਡੀਆਂ 'ਚ ਪੁਲਿਸ ਵਾਲੇ ਦੇਖਦੇ, ਤੁਹਾਨੂੰ ਫਿੱਟ ਨਜ਼ਰ ਆਉਂਦੇ ਆ? ਨਹੀਂ। ਇਹ ਵੀ ਸਮਾਜਿਕ ਮੈਸੇਜ ਹੈਗਾ ਕਿ ਅਸੀਂ ਉਹ ਲੋਕ ਹੈਗੇ ਹਾਂ ਜਿਨ੍ਹਾਂ ਦੇ ਸਾਰੇ ਸਕੂਲ 'ਚ ਬੱਚਿਆਂ ਨੂੰ ਲੋਕ ਛੱਡਣ ਜਾਂਦੇ ਆ, ਸਾਡੇ ਵਰਗੇ ਮਾਰਕੀਟ ਸਬਜ਼ੀ ਮੰਡੀ ਸਬਜ਼ੀਆਂ ਖਰੀਦਣ ਜਾਂਦੇ ਆ, ਜਾਂ ਕੋਈ ਕੰਮ ਕਰਦੇ, ਉਹ ਕਾਹਦੇ ਕਰਕੇ? ਉਹ ਤੁਹਾਡੇ ਲੋਕਾਂ ਕਰਕੇ। ਅਤੇ ਜੇ ਕ੍ਰਾਈਮ ਕਰਨ ਵਾਲਾ ਇੰਨਾ ਫਿੱਟ ਹੈ, ਤੁਸੀਂ ਨਹੀਂ ਹੈਗੇ, ਫਿਰ ਉਹਨੂੰ ਹੈਂਡਲ ਕਿਵੇਂ ਭੱਜੂਗਾ ਕਿਵੇਂ ਉਹਦੇ ਪਿੱਛੇ, ਹੈ ਨਾ। ਜਿੱਦਾਂ ਹੋਰ ਵੀ ਆਪਣੇ ਇੰਡਸਟਰੀ 'ਚ ਬਹੁਤ ਮੂਵੀਜ਼ ਬਣੀਆਂ, ਬਹੁਤ ਸਾਰਿਆਂ ਨੇ ਪੁਲਿਸ ਦਾ ਕਰੈਕਟਰ ਪਲੇ ਕੀਤਾ, ਮਗਰ ਉਹਨਾਂ ਨੇ ਹਮੇਸ਼ਾ ਗੁੱਡ ਇਮੇਜ ਦਿਖਾਈ ਹੈ। ਗੁੱਡ ਇਮੇਜ ਇਨ ਦ ਸੈਂਸ ਕਿ ਉਹ ਕਿ ਮਤਲਬ ਉਹ ਨਾ ਹੋਰ ਕੋਈ ਕੰਮ ਨਹੀਂ ਕਰਦੇ ਆ, ਸਿਰਫ ਪੁਲਿਸ ਦੀ ਰੱਖਿਆ ਕਰਦੇ ਆ, ਆਪਣੇ ਘਰੇ ਆਉਂਦੇ ਆ, ਅਤੇ ਇੱਕ ਗੁੱਡ ਹਿਊਮਨ ਦਿਖਾਇਆ ਗਿਆ। ਲੇਕਿਨ ਉਹ ਵੀ ਇੱਕ ਇਨਸਾਨ ਹੈ, ਉਹਦੇ ਵੀ ਫੈਮਿਲੀਜ਼ ਹੈ, ਉਹਦੇ ਵੀ ਸਟ੍ਰੈਸ ਹੈ, ਉਹ ਹਰ ਚੀਜ਼ ਦੇ ਵਿੱਚ ਇਨਵੋਲਵ ਹੁੰਦਾ। ਉਹ ਸਾਰੇ ਕਰੈਕਟਰਸ ਜੋ ਮਤਲਬ ਇੱਕ ਇਨਸਾਨ ਪਲੇ ਕਰਦਾ ਅਲੱਗ ਅਲੱਗ ਥਾਵਾਂ 'ਤੇ, ਉਹ ਤੁਸੀਂ ਪਲੇ ਕੀਤਾ, ਅਤੇ ਉਹਦੇ ਕਰਕੇ ਆਡੀਅੰਸ ਵੀ ਕਿਤੇ ਨਾ ਕਿਤੇ ਜ਼ਿਆਦਾ ਕਨੈਕਟ ਕਰ ਪਾ ਰਹੀ ਹੈ। ਅਤੇ ਤੁਹਾਨੂੰ ਇਹ ਚੀਜ਼, ਇਹ ਸਭ ਕੁਛ ਤੁਸੀਂ ਪਲੇ ਕੀਤਾ, ਹੈ ਨਾ, ਅਤੇ ਵਧੀਆ ਲੱਗਾ? ਬਿਲਕੁਲ ਵਧੀਆ, ਸ਼ੁਰੂ 'ਚ ਸੋਚਿਆ ਸੀ ਵਧੀਆ ਲੱਗਾ ਮੈਨੂੰ ਬਹੁਤ। ਮੈਨੂੰ ਲੱਗਦਾ ਸੀਗਾ ਮੇਰਾ ਕਿਰਦਾਰ ਆ ਜਿਹੜਾ ਲੋਕਾਂ ਨੂੰ ਆਪਣਾ ਜਿਹਾ ਲੱਗਣਾ ਚਾਹੀਦਾ, ਅਤੇ ਉਹ ਤੁਹਾਡੀਆਂ ਗੱਲਾਂ ਬਾਤਾਂ ਤੋਂ ਵੀ ਜਾਂ ਜੋ ਕਮੈਂਟ ਆਉਂਦੇ ਆ ਜਾਂ ਮੈਂ ਰਿਵਿਊ ਲਏ ਆ, ਲੱਗਦਾ ਕਿ ਉਹ ਉਹਨਾਂ ਨੂੰ ਆਪਣਾ ਕਿਰਦਾਰ ਲੱਗਦਾ ਹੈਗਾ, ਉਹਨਾਂ ਦੇ ਵਿੱਚੋਂ ਨਿਕਲਿਆ ਹੋਇਆ ਕਿਰਦਾਰ ਲੱਗਦਾ ਹੈਗਾ, ਉਹਨਾਂ ਨੂੰ ਗੁੱਡੀ ਗੁੱਡੀ ਕਿਰਦਾਰ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਨਹੀਂ ਲੱਗਦਾ ਹੈਗਾ। ਉਹ ਲੋਕਾਂ ਨੂੰ ਲੱਗਦਾ ਇਹਦਾ ਵੀ ਇੱਕ ਬੱਚਾ, ਇਹ ਵੀ ਪਰੇਸ਼ਾਨ ਆ, ਇਹਦੀ ਘਰ ਵਾਲੀ ਵੀ ਕੋਰਟ 'ਚ ਬੈਠੀ ਆ, ਇਹਦਾ ਵੀ ਕੇਸ ਚੱਲਦਾ। ਹੁਣ ਉਹਨਾਂ ਚੀਜ਼ਾਂ ਤੋਂ ਪਰੇਸ਼ਾਨ, ਆਪਣੇ ਬੱਚੇ ਖੋਣ ਦਾ ਗਮ ਹੈਗਾ, ਪਰ ਦੂਜੇ ਬੱਚੇ ਨੂੰ ਆਪਣੇ ਬੱਚੇ ਨਾਲ ਰਿਲੇਟ ਕਰਕੇ ਦੇਖਦਾ ਕਿ ਮੈਂ ਉਹਨੂੰ ਬਚਾਉਣਾ, ਪਲੱਸ ਉਹ ਅਲਕੋਹਲਿਕ ਵੀ ਹੈਗਾ, ਉਹਨੂੰ ਐਡਿਕਸ਼ਨ ਵੀ ਹੈਗੀ ਹੈ, ਹੈ ਨਾ। ਸੋ ਉਹ ਇੱਕ ਬਿਮਾਰੀਆਂ ਲਾ ਲਓ, ਉਹਦਾ ਸਟ੍ਰੈਸ ਦੂਰ ਕਰਨ ਦਾ ਢੰਗ ਲਾ ਲਓ ਜਾਂ ਕਿਵੇਂ ਲਾ ਲਓ, ਉਹਦੇ ਨਾਲ ਨਾਲ ਚੱਲਦਾ। ਸੋ ਇੱਕ ਆਮ ਆਦਮੀ ਨੂੰ ਕੀ ਆ, ਪਰਿਵਾਰ ਪਾਲਣਾ, ਪਰਿਵਾਰ ਸਾਂਭਣਾ ਅਤੇ ਆਪਣਾ ਕਿੱਤਾ ਕਰਨਾ, ਇਹ ਵੀ ਉਹੀ ਕਰਦਾ। ਕਿੱਤਾ ਇਹਦਾ ਕੀ ਹੈ? ਕ੍ਰਾਈਮ ਨੂੰ ਖਤਮ ਕਰਨਾ, ਇੱਕ ਪੁਲਿਸ ਵਾਲੇ ਦੀ ਜੋਬ ਨਿਭਾਉਣਾ ਓਨੈਸਟੀ ਦੇ ਨਾਲ, ਕੋਈ ਪੈਸਾ ਨਹੀਂ ਲੈਣਾ, ਜਿੰਨੀ ਜਾਇਦਾਦ ਤਨਖਾਹ ਉਹ 'ਚ ਗੁਜ਼ਾਰਾ ਕਰਨਾ। ਸੋ ਇਹੀ ਕਿਰਦਾਰ ਹੈਗਾ, ਤਾਂ ਕਰਕੇ ਲੋਕਾਂ ਨੂੰ ਇਹ ਆਪਣਾ ਜਿਹਾ ਲੱਗਦਾ, ਲੋਕ ਜੁੜੇ ਆ ਵੈਬ ਸੀਰੀਜ਼ ਦੇ ਨਾਲ। ਜੇ ਹੁਣ ਉਹ ਖਾਕੀ ਵਰਦੀ ਪਾ ਕੇ ਇੱਕ ਫਾਈਟ ਮਾਸਟਰ ਵਧੀਆ ਲੈ ਕੇ ਚਾਰ ਬੰਦਿਆਂ ਨੂੰ ਹਵਾ 'ਚ ਕੁੱਟਦਾ, ਉਹ ਹੈਗੀ ਹੈ ਇੱਕ ਫੈਂਟਸੀ, ਕਲਪਨਾ ਕਹਿ ਸਕਦੇ ਹਾਂ ਉਹਨੂੰ, ਜਾਂ ਫਿਰ ਉਹਨੂੰ ਕਹਿ ਸਕਦੇ ਹਾਂ ਕਿ ਆਪ ਬਣਾਈ ਹੋਈ ਫਿਕਸ਼ਨ ਵਾਲੀ ਚੀਜ਼ ਹੈਗੀ ਹੈ, ਲੋਕਾਂ 'ਚ ਨਹੀਂ ਲੱਗਦੀ। ਹੁਣ ਆਮ ਪੁਲਿਸ ਵਾਲਾ ਤਾਂ ਐਂ ਗੋਲੀ ਚਲਾ ਸਕਦਾ, ਜਾਂ ਫਿਰ ਆਪਣੇ ਘਰ ਨਾਲ ਐਂ ਘੁਲ ਸਕਦਾ, ਜਾਂ ਐਂ ਕੇਸ ਹੱਲ ਕਰ ਸਕਦਾ ਤੁਰ ਕੇ, ਕਿੰਨੇ ਕੁ ਪੈਸੇ, ਕਿੰਨੀਆਂ ਗੱਡੀਆਂ, ਕਿੰਨੇ ਕੱਪੜੇ ਪਾ ਸਕਦਾ। ਬਿਲਕੁਲ, ਹੈ ਨਾ। ਤੁਸੀਂ ਜਿੱਤ ਕਰੈਕਟਰ ਦੀ ਗੱਲ ਕਰੀਏ, ਬਾਹਰ ਬਿਲਕੁਲ ਬਿੰਦਾਸ ਹੋ ਕੇ ਘਰ ਉਹੀ ਆ ਕੇ ਵੀ ਮਤਲਬ ਮੈਂ ਕੀ ਕਹਾਂ, ਹੈ ਨਾ, ਜਿੱਦਾਂ ਆਮ ਘਰਾਂ ਦੇ ਵਿੱਚ ਹੁੰਦਾ। ਇਹੀ ਸ਼ਾਇਦ ਸਪੈਸ਼ਲ ਗੱਲ ਹੈ, ਤਾਂ ਕਿ ਤੁਸੀਂ ਬਾਕੀ ਸਾਰੇ ਇਸ ਚੀਜ਼ ਦੀ ਬਹੁਤ ਜ਼ਿਆਦਾ ਤੁਹਾਡੀ ਤਾਰੀਫ ਕਰ ਰਹੇ ਹੈ, ਹੈ ਨਾ। ਅਤੇ ਖੁਦ ਲਈ ਕਿੰਨੇ ਕੁ ਜ਼ਿਆਦਾ ਤੁਸੀਂ ਪ੍ਰਿਪੇਅਰ ਹੋਏ ਹੋ ਇਸ ਚੀਜ਼ ਲਈ? ਮੈਂਟਲੀ ਵੀ ਤੁਹਾਨੂੰ ਪ੍ਰਿਪਰੇਸ਼ਨ ਕਰਨ ਦੀ ਜ਼ਰੂਰਤ ਹੁੰਦੀ ਕਿ ਇੱਕ ਪੁਲਿਸ ਵਾਲਾ ਕਿੱਦਾਂ ਚੱਲਦਾ, ਜਾਂ ਉਹਦੇ ਕੀ ਮੂਵਸ ਹੁੰਦੇ, ਕਿਸ ਹਿਸਾਬ ਦੇ ਨਾਲ ਸੋਚਦਾ ਉਹ ਜਦੋਂ ਕੋਈ ਕੇਸ ਸੋਲਵ ਕਰਨਾ ਹੁੰਦਾ, ਤਾਂ ਤੁਸੀਂ ਉਹ ਸਾਰੀ ਪ੍ਰਿਪਰੇਸ਼ਨਸ ਕਿੱਦਾਂ ਕੀਤੀਆਂ? ਜਦੋਂ ਕੋਈ ਨਵੀਂ ਫਿਲਮ ਫੜਦੇ ਆ, ਨਵਾਂ ਕਿਰਦਾਰ ਫੜਦੇ ਆ, ਹਰ ਕਿਰਦਾਰ ਲਈ ਇੰਨੀ ਕੁ ਮਿਹਨਤ ਲੱਗਦੀ, ਉਹ ਪੁਲਿਸ ਵਾਲਾ ਦਾ ਹੋਵੇ ਜਾਂ ਕਿਸੇ ਬਾਰੇ ਹੋਰ ਹੋਵੇ। ਹਾਂ, ਅਸੀਂ ਮਨੁੱਖ ਇੱਕ ਸਮਾਜਿਕ ਪ੍ਰਾਣੀ ਹਾਂ, ਇਹ ਪੁਲਿਸ 'ਚ ਆ ਜਾਂਦੇ ਨੇ, ਅਸੀਂ ਸਿਵਲ 'ਚ ਗਿਣੇ ਜਾਂਦੇ ਹਾਂ, ਸਾਨੂੰ ਚੀਜ਼ਾਂ ਦਾ ਐਕਸਪੀਰੀਅੰਸ ਨਹੀਂ ਹੈ, ਵਰਦੀ ਪਾ ਕੇ ਅਸੀਂ ਹਾਊ ਟੂ ਡੀਲ ਵਿਦ ਦਮ। ਸੋ ਉਹ ਅਸੀਂ ਕੀ ਕਰਦੇ ਹਾਂ, ਅਸੀਂ ਜਾਂ ਕਿਸੇ ਪੁਲਿਸ ਵਾਲੇ ਨਾਲ ਗੱਲ ਕਰਦੇ ਹਾਂ, ਜਾਂ ਉਸ ਕਿਰਦਾਰ ਨਾਲ ਗੱਲ ਕਰਦੇ ਹਾਂ, ਉਸ ਰੀਅਲ ਕਿਰਦਾਰਾਂ ਨਾਲ ਗੱਲ ਕਰਦੇ ਹਾਂ, ਜਾਂ ਫਿਰ ਜਿਹੜੇ ਪੁਲਿਸ ਵਾਲੇ ਨੇ ਹੱਲ ਕੀਤਾ ਉਹ ਦੁਨੀਆਂ 'ਚ ਨਹੀਂ ਆ, ਉਹਦੇ ਬਾਰੇ ਲੋਕਾਂ ਨਾਲ ਗੱਲ ਕਰਦੇ ਹਾਂ, ਜਾਂ ਫਿਰ ਅਖਬਾਰਾਂ 'ਚੋਂ ਪੜ੍ਹਦੇ ਹਾਂ ਜੋ ਹੋਰ ਹੈ,
ਉਹਨਾਂ ਚੀਜ਼ਾਂ ਦੀ ਕਲੈਕਸ਼ਨ ਹੀ ਕੀ ਕਰਦਾ ਸੀ, ਕੀ ਖਾਂਦਾ ਸੀ, ਕੀ ਪੀਂਦਾ ਸੀ, ਉਹਨਾਂ ਚੀਜ਼ਾਂ ਦੀ ਕਲੈਕਸ਼ਨ ਜਿਹੜੀ ਦਿਮਾਗ ਦੇ ਵਿੱਚ ਹੁੰਦੀ ਹੈ ਉਹੀ ਕਿਰਦਾਰ ਸਿਰਜਦੀ ਹੈ। ਉਸੇ ਨੂੰ ਲੈ ਕੇ ਅਸੀਂ ਕਿਰਦਾਰ ਨੂੰ ਅੱਗੇ ਜੋ ਕੀ ਕਰਦਾ ਕੈਰੀ ਫਾਰਵਰਡ ਕਰਦੇ। ਠੀਕ ਹੈ, ਜਦੋਂ 500 ਮੀਟਰ ਟਾਈਟਲ ਤੁਹਾਡੇ ਕੋਲ ਆਏਗਾ ਤੁਹਾਨੂੰ ਸਟੋਰੀ ਨਹੀਂ ਪਤਾ ਕਿਹੜੀ ਚੀਜ਼ ਮਾਈਂਡ ਦੇ ਵਿੱਚ ਆਈ ਕਿ ਇਹ ਕੀ ਕਨਸੈਪਟ ਹੋ ਸਕਦਾ। ਸਟੋਰੀ ਕਨਸੈਪਟ ਮੇਰਾ ਹੀ ਸੀਗਾ ਇਹ ਜਿਹੜਾ ਸੀਗਾ ਨਾ, ਮੇਰਾ ਇੱਕ ਦੋਸਤ ਨੇ ਅਮਰੋਜ਼ ਉੱਪਲ, ਉਹਨਾਂ ਨੇ ਸੁਣਾਇਆ ਸੀ ਕੇਸ, ਅਤੇ ਉਹ ਤੋਂ ਬਾਅਦ ਕੇਸ 'ਤੇ ਅਸੀਂ ਕਹਾਣੀ ਬੁਣ ਲਈ। ਕਹਾਣੀ ਬੁਣ ਕੇ ਫਿਰ ਗੁਰਪ੍ਰੀਤ ਭੁੱਲਰ ਨੇ ਰਾਈਟਰ ਉਹਨਾਂ ਨੂੰ ਬਿਠਾਇਆ, ਠੀਕ ਹੈ, ਉਹਨੇ ਸਾਰਾ ਸਕਰੀਨ ਪਲੇ ਚੀਜ਼ਾਂ ਡਾਇਲੋਗ ਉਹਨਾਂ ਨੇ ਬਹੁਤ ਵਧੀਆ ਲਿਖੇ, ਮਾਨਵ ਸ਼ਾਹ ਨੇ ਡਾਇਰੈਕਟ ਕੀਤੀ ਹੈ। ਸੋ ਇਹ ਕਹਾਣੀ ਆਉਣ ਤੋਂ ਪਹਿਲਾਂ ਸਾਡੇ ਕੋਲ ਥਾਟ ਆਪਣਾ ਹੀ ਸੀਗਾ, ਉਸਦੇ ਦੀਵਾਲੀ ਅਸੀਂ ਸਾਰਾ ਫਿਰ ਚਬਾਰਾ ਬਣਿਆ ਹੈ। ਅਤੇ ਕਿੰਨਾ ਕੁ ਔਖਾ ਹੁੰਦਾ ਜਦੋਂ ਇੱਕ ਰੀਅਲ ਬੇਸਡ ਸਟੋਰੀ 'ਤੇ ਕੰਮ ਕਰਨਾ, ਇਹ ਇੱਕ ਸਕ੍ਰਿਪਟ 'ਤੇ ਜੋ ਮਤਲਬ ਕਹਾਣੀ ਹੈ ਕੁਛ ਵੀ ਬੁਣ ਕੇ ਲਿਖਤਾ ਅਤੇ ਉਸਦੇ ਉੱਤੇ ਕੰਮ ਕਰਨਾ? ਦੇਖੋ, ਜਿਹੜੀ ਕਹਾਣੀ ਆਮ ਬੁਣੀ ਕਾਲਪਨਿਕ ਆ, ਉਹਦਾ ਕਿਰਦਾਰ ਤੁਸੀਂ ਇਮੈਜਨਰੀ ਆਪ ਸਿਰਜ ਲੈਂਦੇ ਹੋ। ਜਦੋਂ ਰੀਅਲ ਸਟੋਰੀ ਆਉਂਦੀ ਹੈ ਤੁਹਾਡੇ ਕੋਲ, ਫਿਰ ਤੁਸੀਂ ਚੈਲੇਂਜ ਹੁੰਦਾ ਕਿ ਰੀਅਲ ਸਟੋਰੀ ਦੇ ਕਰੈਕਟਰ ਤਾਂ ਆਲੇ ਦੁਆਲੇ ਤੁਰੇ ਫਿਰਦੇ ਆ, ਠੀਕ ਹੈ, ਅੱਜ ਉਹ ਨਹੀਂ ਹੈਗਾ, ਉਹਦੇ ਨਾਲ ਦੇ ਹੈਗੇ ਆ, ਕਿਸੇ ਨਾ ਕਿਸੇ ਦੇ ਮੱਥੇ ਤਾਂ ਵੈਬਸੀਰੀ ਲੱਗ ਹੀ ਜਾਊਗੀ, ਕਿਸੇ ਨਾ ਕਿਸੇ ਦਾ ਪਤਾ ਲੱਗ ਹੀ ਜਾਊਗਾ, ਮੀਡੀਆ ਕਾਨਫਰੰਸ ਕਰਦੇ ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਊਗਾ, ਫਿਰ ਚੈਲੇਂਜ ਵੱਡੇ ਹੁੰਦੇ। ਇੱਕ ਬੰਦਾ ਵੀ ਤੁਹਾਡੇ ਗਾ ਕੇ ਉਂਗਲੀ ਕਰ ਦੇਵੇ ਕਿ ਨਹੀਂ ਯਾਰ ਆ ਐਂ ਐਂ ਆ, ਸਾਰੇ ਐਕਟਰ ਦੀ ਕੀਤੀ ਕਰਾਈ ਮਿੱਟੀ ਹੋ ਜਾਂਦੀ ਹੈ ਅਤੇ ਡਾਇਰੈਕਟਰ ਦੀ ਵੀ ਹੋ ਜਾਂਦੀ ਹੈ। ਸੋ ਉਹ ਚੀਜ਼ਾਂ ਚੈਲੇਂਜ ਵਧਾਉਂਦੀਆਂ ਤੁਹਾਡੇ ਅੱਗੇ, ਸੋ ਉਹਦੇ ਲਈ ਤੁਹਾਨੂੰ ਤੁਹਾਡਾ ਡੀਪ ਸਰਚ ਕਰਨਾ ਪੈਂਦਾ, ਹੋਰ ਕੀ, ਥੋੜ੍ਹੀ ਜਿਹੀ ਮਿਹਨਤ ਵੱਧ ਜਾਂਦੀ ਹੈ, ਵੱਧ ਜਾਂਦੀ ਹੈ ਜੀ, ਹੈ ਨਾ। ਓ ਟੀ ਟੀ 'ਤੇ ਵੀ ਡੈਬਿਊ ਕਰ ਰਹੇ ਹੋ, ਸਕਰੀਨ 'ਤੇ ਤਾਂ ਤੁਹਾਨੂੰ ਆਡੀਅੰਸ ਨੇ ਉਨੇ ਪਿਆਰ ਦਿੱਤਾ, ਹੁਣ ਓ ਟੀ ਟੀ 'ਤੇ ਵੀ ਤੁਹਾਡਾ ਕਰੇਜ਼ ਉਨਾ ਹੀ ਹੈ ਨਾ ਵੱਧਦਾ ਜਾ ਰਿਹਾ। ਅਤੇ ਕਿਤੇ ਨਾ ਕਿਤੇ ਤੁਹਾਡੇ ਘਰਦਿਆਂ ਨੇ, ਕਿਸੇ ਨੇ ਸਲਾਹ ਨਹੀਂ ਦਿੱਤੀ ਤੂੰ ਇੰਨਾ ਫਿੱਟ ਹੈ, 15 ਸਾਲ ਹੋ ਗਏ ਮੇਰੇ ਖਿਆਲ ਨਾਲ ਤੁਹਾਨੂੰ ਕੰਟੀਨਿਊ, ਮੈਂ ਜਿੰਨੇ ਇੰਟਰਵਿਊਜ਼ ਦੇ ਵਿੱਚ ਜਾਵਾਂ ਮੇਰਾ ਰੈਪਿਡ ਫਾਇਰ ਹੋਏਗਾ ਨਾ, ਤਾਂ ਮੈਂ ਕਿਸੇ ਨੂੰ ਪੁੱਛਾਂ ਫਿਟਨੈਸ ਬ੍ਰੇਕ ਕਰਤਾਰ ਚ ਮਾਂ, ਮਤਲਬ ਮੈਂ ਜੇ 10 ਜਾਣੇ ਨੂੰ ਪੁੱਛਿਆ ਕਰਾਂ 9 ਆਰਟਿਸਟ ਦੇ ਵਿੱਚੋਂ ਇਹੀ ਜਵਾਬ ਹੁੰਦਾ, ਸਾਰੇ ਤੁਹਾਡਾ ਨਾਮ ਲੈਂਦੇ। ਤਾਂ ਤੁਸੀਂ ਨਹੀਂ ਸੋਚਿਆ ਮੈਂ ਇੰਨਾ ਫਿੱਟ ਹਾਂ, ਮੈਂ ਵੀ ਕਿਤੇ ਹੈ ਨਾ ਪੁਲਿਸ ਵੱਲ ਟਰਾਈ ਕਰ ਲਾਂ? ਆਪਣੇ ਬਚਪਨ ਦੇ ਵਿੱਚ ਆਮ ਘਰਾਂ 'ਚ ਕਹਿੰਦੇ ਹੀ ਆ ਮਾਪਿਓ ਆਰਮੀ 'ਚ ਚੱਲਦਾ ਜਾਂ ਪੁਲਿਸ ਵਿੱਚ ਚੱਲਦਾ? ਬਿਲਕੁਲ ਕਹਿੰਦੇ ਜੀ, ਸੱਚੀ ਗੱਲ ਆ, ਜੇ ਮੈਨੂੰ ਕੋਈ ਨੌਕਰੀ ਮਿਲ ਗਈ ਹੁੰਦੀ ਮੈਂ ਐਕਟਰ ਨਾ ਹੁੰਦਾ। ਸਭ ਤੋਂ ਪਹਿਲਾਂ ਮੈਂ ਨੌਕਰੀ ਦੀ ਭਾਲ ਹੀ ਕੀਤੀ ਸੀ, ਘਰਦੇ ਕਹਿੰਦੇ ਸੀ 2 ਰੁਪਏ ਆਉਣ ਲੱਗ ਜਾਣਗੇ, ਤੂੰ ਪਲੱਸ ਟੂ ਕਰ ਲਈ ਆ, 10ਵੀਂ ਕਰ ਲਈ, ਉਹ ਲੱਭ ਲਾ। ਮੈਂ ਪੁਲਿਸ ਦੀਆਂ ਟਰਾਇਲਸ ਵੀ ਦਿੱਤੀਆਂ, ਆਰਮੀ ਦੀਆਂ ਟਰਾਇਲਸ ਵੀ ਦਿੱਤੀਆਂ, ਨੇਵੀ ਦੀਆਂ ਟਰਾਇਲਸ ਵੀ ਦਿੱਤੀਆਂ, ਕਲਰਕਾਂ ਪਟਵਾਰੀਆਂ ਦੇ ਟੈਸਟ ਵੀ ਦਿੱਤੇ ਆ, ਪਰ ਮੈਨੂੰ ਇਹ ਲੱਗਦਾ ਕਿ ਇੱਧਰ ਆਉਣਾ ਸੀਗਾ, ਹੈ ਨਾ, ਕਿਉਂਕਿ ਮੈਂ ਇੱਕ ਮਤਲਬ ਆਮ ਜ਼ਿੰਦਗੀ 'ਚ ਪੇਸ਼ੈਂਸ ਰੱਖਣ ਵਾਲਾ ਇਨਸਾਨ ਹੈਗਾ, ਮੈਂ ਆਪਣੇ ਗੋਲ ਲਈ ਕਿੰਨਾ ਚਿਰ ਬਹਿ ਕੇ ਵੇਟ ਵੀ ਕਰ ਸਕਦਾ, ਲਾਲਚੀ ਨਹੀਂ ਹੈ। ਗ੍ਰੇਡੀ ਹੁੰਦਾ ਸ਼ਾਇਦ ਮੈਂ ਫਰਸਟ੍ਰੇਟਿਡ ਹੋ ਜਾਂਦਾ ਜਾਂ ਕੋਈ ਗਲਤ ਰਾਹ ਚੱਕ ਲੈਂਦਾ। ਹੁਣ ਉੱਥੇ ਜੋਬ ਮਿਲ ਜਾਂਦੀ, ਫਿਰ ਤੁਸੀਂ 8-10 ਘੰਟੇ ਜੋਬ ਕਰਨ ਤੋਂ ਬਾਅਦ ਕਿੱਥੇ ਤੁਸੀਂ ਸੁਨਾਮ ਤੋਂ ਚੰਡੀਗੜ੍ਹ ਆਉਣ ਦਾ ਟਾਈਮ ਲੱਗਦਾ ਜਾਂ ਕਿਸੇ ਨੂੰ ਫੋਟੋਆਂ ਫੜਾਉਣ ਦਾ ਟਾਈਮ ਲੱਗਦਾ, ਫਿਰ ਤਾਂ ਉੱਥੇ ਜ਼ਿੰਦਗੀ ਸੌਖੀ ਜੀ ਲੱਗਦੀ, ਦਾਇਰਾ ਛੋਟਾ ਹੋ ਜਾਂਦਾ, ਜ਼ਿੰਦਗੀ ਸੌਖੀ ਹੋਈ, ਤਨਖਾਹ ਆਉਂਦੀ, ਖਰਚ ਨਹੀਂ ਸੀ ਅਗਲੇ ਮਹੀਨੇ ਦੀ ਵੇਟ ਕਰਨੀ। ਫਿਰ ਆਹ ਜ਼ਿੰਦਗੀ ਨੂੰ ਜਿਹੜੇ ਵਾਈਡ ਐਂਗਲ ਨਾਲ ਮੈਂ ਦੇਖਦਾ ਜਾਂ ਜਿਹੜਾ ਜ਼ਿੰਦਗੀ ਦਾ ਕੈਨਵਸ ਮੈਂ ਦੇਖਦਾ ਸਮੁੰਦਰਾਂ ਤੋਂ ਆਰ ਪਾਰ, ਪਹਾੜਾਂ ਤੋਂ ਆਰ ਪਾਰ, ਹੈ ਨਾ, ਰੇਗਿਸਤਾਨਾਂ ਤੋਂ ਆਰ ਪਾਰ, ਮੈਂ ਨਹੀਂ ਦੇਖ ਸਕਦਾ। ਬਿਲਕੁਲ, ਠੀਕ ਹੈ ਨਾ, ਰੱਬ ਨੇ ਦਿਖਾਉਣਾ ਤਾਂ ਮੈਨੂੰ ਇਹ ਚੀਜ਼ਾਂ ਸੀਗੀਆਂ, ਅਤੇ ਜੇ ਮੈਂ ਪੁਲਿਸ 'ਚ ਭਰਤੀ ਹੋ ਕੇ ਉੱਥੇ ਹੋਣਾ ਸੀ ਸ਼ਾਇਦ ਉਹ ਮੈਨੂੰ ਮਨਜ਼ੂਰ ਨਾ ਹੁੰਦਾ, ਸ਼ਾਇਦ ਜਦੋਂ ਮੈਂ ਨਹੀਂ ਸਿਲੈਕਟ ਹੁੰਦਾ ਸੀ ਤਾਂ ਮੇਰੀ ਅਰਦਾਸ ਹੁੰਦੀ ਸੀ ਸ਼ੁਕਰੀਆ ਬਾਬਾ ਜੀ, ਨਹੀਂ ਹੋਇਆ। ਲੇਕਿਨ ਘਰਦੇ ਨੂੰ ਹੁੰਦਾ ਨਾ, ਜਿੰਨੇ ਮਰਜ਼ੀ ਬੰਦਾ ਵੱਡਾ ਸੁਪਰਸਟਾਰ ਬਣ ਜਾਏ, ਹਾਂ ਸਰਕਾਰੀ ਨੌਕਰੀ ਲੱਗ ਗਈ, ਸਭ ਹੁੰਦਾ। ਮੈਂ ਜੋ ਚੰਡੀਗੜ੍ਹ ਆਇਆ ਸੀਗਾ ਉਦੋਂ ਮੇਰਾ ਗਾਣਾ ਹਿੱਟ ਹੋ ਗਿਆ ਸੀਗਾ ਸੁਰਜੀਤ ਖਾਨ ਦਾ, ਅਤੇ ਸੁਰਜੀਤ ਖਾਨ ਨਾਲ ਮੈਂ ਕਿਸੇ ਨਾ ਮਸ਼ਹੂਰ ਸਿੰਗਰ ਦੇ ਘਰ ਗਿਆ, ਉਹਨੇ ਪਹਿਲੀ ਪੈਂਦੇ ਗੱਲ ਕੀਤੀ, ਕਹਿੰਦਾ ਯਾਰ ਕਿਤੇ ਸਰਕਾਰੀ ਨੌਕਰੀ ਲੱਗ ਜਾਂਦਾ, ਕਿਹੜੇ ਕੰਮਾਂ ਦੇ ਵਿੱਚ ਪਿਆ ਗਾ, ਅੱਜ ਦੇਖ ਲਿਆ ਕਹਿੰਦਾ ਮੇਰੇ ਕੋਲ ਸਰਕਾਰੀ ਨੌਕਰੀ ਵੀ, ਮੈਂ ਗਾਉਂਦਾ ਵੀ ਹਾਂ। ਮੈਂ ਕਿਹਾ ਤੁਸੀਂ ਤਾਂ ਦੋਗਲੇ ਜੀ, ਠੀਕ ਹੈ, ਮੈਂ ਮੁੜ ਕੇ ਗਿਆ ਨਹੀਂ ਉਹਨਾਂ, ਮੈਂ ਕਿਹਾ ਤੁਸੀਂ ਤਾਂ ਦੋਗਲੇ ਹੋ, ਸਰਕਾਰ ਦਾ ਵੀ ਖਾਂਦੇ ਹੋ, ਆਪਣੇ ਸ਼ੌਕ ਵੀ ਪੂਰੇ ਕਰਦੇ ਹੋ, ਮੈਂ ਤਾਂ ਸਿਰਫ ਸ਼ੌਕ ਲਈ ਆਇਆ, ਅਤੇ ਜਿੰਨੀ ਤੁਹਾਡੀ ਤਨਖਾਹ ਹੈ ਇਦੋਂ ਵੱਧ ਮੈਂ ਮਹੀਨੇ 'ਚ ਕਮਾ ਕੇ ਦਿਖਾ ਦੂੰਗਾ, ਠੀਕ ਹੈ ਨਾ। ਅੱਜ ਉਨੀ ਤਨਖਾਹ ਦੇਈਦੀ ਆ, ਬੰਦੇ ਰੱਖੇ ਹੋਏ ਆ, ਕੰਮ ਕਰਦੇ ਆ, ਜੇ ਤੁਸੀਂ ਜ਼ਿੰਦਗੀ 'ਚ ਰਿਸਕ ਨਹੀਂ ਲਓਗੇ, ਆਪਣਾ ਰੁਜ਼ਗਾਰ ਨਹੀਂ ਵਧਾਓਗੇ, ਉਹ ਬੈਂਕ 'ਚ ਪਿਆ ਪੈਸਾ ਤਾਂ ਉਨਾ ਹੀ ਹੈ, ਤੁਸੀਂ ਮਰ ਜਾਣਾ ਉਹਨੇ ਬੈਂਕ 'ਚ ਉਨਾ ਹੀ ਪਿਆ ਰਹਿਣਾ ਗਾ, ਉਹਨੇ ਕੁਛ ਕਰਨਾ, ਉਹਦੇ ਨਾਲ ਕੁਛ ਕਰ ਲਓ ਤਾਂ ਚੰਗੀ ਗੱਲ। ਮੈਂ ਹੈ ਨਾ, ਤੁਸੀਂ ਜਦੋਂ ਉਹਨਾਂ ਨੂੰ ਮਿਲੋ ਤੁਸੀਂ ਕਹਿ ਦਿਓ ਮੈਂ ਇੱਕ ਆਰਟਿਸਟ ਬਣਿਆ, ਮੈਂ ਪੁਲਿਸ ਦਾ ਵੀ ਕਰੈਕਟਰ ਪਲੇ ਕਰਦਾ, ਮੈਂ ਆਰਮੀ ਦਾ ਵੀ ਕਰਦਾ, ਮਤਲਬ ਮੈਂ ਸਾਰੇ ਕਰੈਕਟਰ ਪਲੇ ਕਰ ਸਕਦਾ ਇੱਕ ਆਰਟਿਸਟ, ਹੈ ਨਾ, ਦੇਖਦੀ ਉਹਨਾਂ ਦੇ ਮੈਸੇਜ ਆਉਂਦੀ ਆ, ਵੱਖਰਾ ਵੱਖਰਾ, ਮਤਲਬ ਬਲੈਸਡ ਹੀ ਹੋ ਤੁਸੀਂ, ਹੈ ਨਾ, ਇੱਕ ਇਨਸਾਨ, ਅਸੀਂ ਇੱਕੋ ਹੀ ਸਿੰਗਲ ਰੋਲ ਪਲੇ ਕਰਨਾ, ਮਗਰ ਤੁਸੀਂ ਆਰਟਿਸਟ ਹੋ, ਤੁਹਾਡੇ ਕੋਲ ਕਿੰਨੇ ਸਾਰੇ ਓਪਰਚੁਨਿਟੀਜ਼ ਹੈ ਨਾ, ਕਿੰਨਾ। ਮਗਰ ਪਰਸਨਲੀ ਕਰਤਾਰ ਸੀਮਾ, ਹੈ ਨਾ, ਇੰਨੇ ਸਾਲ ਤੁਹਾਨੂੰ ਇੰਡਸਟਰੀ 'ਚ ਹੋ ਗਏ, ਇੰਨਾ ਪਿਆਰ ਮਿਲ ਰਿਹਾ, ਚਾਹੇ ਗਾਣੇ ਹੈ, ਫਿਲਮ ਹੈ, ਹੁਣ ਵੈਬ ਸੀਰੀਜ਼ ਹੈ, ਲੇਕਿਨ ਤੁਸੀਂ ਪਰਸਨਲੀ ਇੱਕ ਐਜ਼ ਅ ਆਰਟਿਸਟ ਹੋਣ ਦੇ ਨਾਤੇ ਕਿਹੜਾ ਉਹ ਕਰੈਕਟਰ ਜਿਹੜਾ ਪਲੇ ਕਰਨਾ ਚਾਹੁੰਦੇ ਹੋ, ਕਿਹੜਾ? ਮੇਰੇ ਮੈਂ ਸ਼ੁਰੂ ਤੋਂ
ਪੋਰਸ ਜਿਹਨੇ ਸਿਕੰਦਰ ਵਰਗੇ ਰਾਜਿਆਂ ਨਾਲ ਫਾਈਟ ਕੀਤੀ। ਸਿਕੰਦਰ ਨਾਲ ਜ਼ਿਆਦਾ ਮੈਨੂੰ ਪੋਰਸ ਦਾ ਕਰੈਕਟਰ ਪਸੰਦ ਆ ਜਿਹਨੇ ਉਹਦੇ ਨਾਲ ਫਾਈਟ ਕੀਤੀ। ਬੜੇ ਹਿਸਟੋਰੀ ਮਹਾਰਾਜਾ ਰਣਜੀਤ ਸਿੰਘ ਇਹ ਜਿਹੇ ਹਿਸਟੋਰੀਕਲ ਕਰੈਕਟਰ ਨੇ ਜਿਹੜੇ ਮੈਂ ਕਰਨਾ ਚਾਹੁੰਦਾ ਅਤੇ ਜਿਹਨਾਂ ਨੂੰ ਕਰਨ ਲਈ ਬਹੁਤ ਵੱਡਾ ਪੈਸਾ ਚਾਹੀਦਾ। ਠੀਕ ਹੈ, ਅਤੇ ਉਹ ਕੋਈ ਨਹੀਂ ਕੰਮ ਕਰੀ ਜਾਂਦੇ ਆ। ਐਂਡ ਆਫ ਦਾ ਡੇ ਤਾਂ ਸਾਡੀ ਇੰਡਸਟਰੀ ਨੂੰ ਉਹਨਾਂ ਫੰਡ ਮਿਲੂਗਾ ਜੀ। ਉਹਨੂੰ ਇੰਗਲਿਸ਼ 'ਚ ਬਣਾ ਲਾਂਗੇ, ਹਿੰਦੀ 'ਚ ਬਣਾ ਲਾਂਗੇ, ਪੰਜਾਬੀ 'ਚ ਤਿੰਨ ਭਾਸ਼ਾਵਾਂ 'ਚ ਬਣਾ ਲਾਂਗੇ ਜਦੋਂ ਆਇਆ ਡਾਇਲੋਗ ਹੀ ਚੇਂਜ ਕਰਨੇ ਆ। ਵੱਡਾ ਕੈਨਵਸ ਹੈ, ਇਤਿਹਾਸ ਨੂੰ ਵੱਡਾ ਬਣਾ ਕੇ ਪੇਸ਼ ਕਰਾਂਗੇ। ਸੋ ਇਹ ਕਿਰਦਾਰ ਨੇ ਜੋ ਜ਼ਿੰਦਗੀ 'ਚ ਕਰਨਾ ਚਾਹੁੰਦੇ ਹਾਂ ਜੀ। ਬਿਲਕੁਲ, ਆਈ ਐਮ ਸ਼ੋਰ ਤੁਸੀਂ ਇਹ ਕਿਰਦਾਰ ਇੱਕ ਦਿਨ ਜ਼ਰੂਰ ਆਪਣੇ ਸੁਪਨੇ ਪੂਰੇ ਕਰ ਪਾਓਗੇ। ਅਤੇ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ 500 ਮੀਟਰ ਦੇ ਲਈ ਵੀ ਬੈਸਟ ਵਿਸ਼ਿਜ਼ ਹੈ, ਅਤੇ ਜਾਂਦੇ ਜਾਂਦੇ ਆਡੀਅੰਸ ਨੂੰ ਇੱਕ ਮੈਸੇਜ ਦੇ ਦਿਓ, ਪਿੱਛੋਂ ਵੀ ਇਸ਼ਾਰੇ ਹੋ ਰਹੇ ਹੈ। ਮੇਰੀ ਹਰ ਇੰਟਰਵਿਊ ਦੇ ਵਿੱਚ ਅੱਜ ਕੱਲ੍ਹ ਇਹ ਡਾਇਲੋਗ ਜ਼ਰੂਰ ਆਉਂਦਾ ਕਿ ਪਿੱਛੋਂ ਇਸ਼ਾਰੇ ਹੋ ਰਹੇ ਹੈ। ਕੀ ਕਰੀਏ, ਮਤਲਬ ਮੇਰੇ ਬਹੁਤ ਸਾਰੇ ਸਵਾਲ ਹੁੰਦੇ ਆ, ਹਰ ਵਾਰੀ ਰਹਿ ਜਾਂਦੇ ਆ। ਨਹੀਂ ਜੀ, ਕੋਈ ਨਹੀਂ, ਅਤੇ 500 ਮੀਟਰ 'ਚ ਬਾਲ 'ਤੇ ਆ ਚੁੱਕੀ ਹੈ, OTT ਹੈ ਪੰਜਾਬੀ ਦਾ, ਡਾਊਨਲੋਡ ਕਰੋ। ਨਾਲੇ ਪੰਜਾਬੀ ਹੈ, ਪੰਜਾਬ ਦੀ ਗੱਲ ਪੰਜਾਬ 'ਚ ਰਹੂਗਾ, ਅਤੇ ਨਾਲੇ ਥੋੜ੍ਹਾ ਜਿਹਾ ਪਾਇਰੇਸੀ ਨੂੰ ਅਵੋਇਡ ਕਰੋ। ਬੜਾ ਮਾੜਾ ਪ੍ਰਿੰਟ ਡਾਊਨਲੋਡ ਹੋ ਰਿਹਾ ਜਿਹੜਾ ਦੇਖਦੇ ਹੋ, ਚੰਗਾ ਪ੍ਰਿੰਟ ਹੈ। ਕਿੰਨਾ 300-400 ਰੁਪਏ ਦੇ ਵਿੱਚ ਤੁਹਾਨੂੰ ਸਾਲ ਦੀ ਮਿਲ ਜਾਣੀ ਆ ਸਬਸਕ੍ਰਿਪਸ਼ਨ, ਜਿੰਨਾ ਮਰਜ਼ੀ ਦੇਖੋ। ਉੱਨੇ ਕੁ ਪੈਸੇ ਦਾ ਤੁਸੀਂ ਉੱਥੇ ਇੰਟਰਨੈਟ ਗਵਾ ਲੈਂਦੇ ਹੋਵੋਗੇ, ਹੈ ਨਾ। ਚੰਗੀਆਂ ਚੀਜ਼ਾਂ ਦੇਖਣ ਦੀ ਆਦਤ ਪਾਓ, ਬੱਚਿਆਂ ਨੂੰ ਚੰਗੀ ਚੀਜ਼ ਦੇਖਣ ਦੀ ਆਦਤ ਪਾਓ। ਅੱਖਾਂ ਰੱਬ ਨੇ ਲਾਈਆਂ ਨੇ ਚੰਗੀਆਂ ਚੀਜ਼ਾਂ ਦੇਖਣ ਲਈ। ਇਹ ਪਾਇਰੇਸੀ ਜਾਂ ਛੋਟੀ ਛੋਟੀ ਬਦਨਾਮੀ, ਛੋਟੀ ਛੋਟੀ ਚੋਰੀ ਦੇ ਵਿੱਚ ਕੁਛ ਨਹੀਂ ਰੱਖਿਆ। ਥੈਂਕ ਯੂ ਸੋ ਮਚ। ਅਤੇ ਮੈਂ ਇੱਕ ਲਾਸਟ ਇੱਕ ਹੋਰ ਚੀਜ਼ ਐਡ ਆਨ ਕਰਨਾ ਚਾਹੁੰਦੀ ਹਾਂ। ਜਿੱਦਾਂ ਹੈ ਨਾ, ਸਾਊਥ ਦਾ ਸਿਨੇਮਾ ਹੋ ਗਿਆ, ਬਾਲੀਵੁੱਡ ਹੋ ਗਿਆ, ਉਹ ਆਪਣੀ ਮੂਵੀਜ਼ ਨੂੰ ਡਬ ਕਰਕੇ ਬਾਕੀ ਸਟੇਟਸ ਦੇ ਵਿੱਚ ਵੀ ਹੈ ਨਾ ਕਰਦੇ, ਅਤੇ ਆਪਾਂ ਨੂੰ ਵੀ ਮੈਨੂੰ ਲੱਗਦਾ ਪੰਜਾਬੀ ਇੰਡਸਟਰੀ। ਬਿਲਕੁਲ ਜੀ ਬਿਲਕੁਲ, ਮੇਰੀ ਸਿਕੰਦਰ ਵੀ ਡਬ ਹੋਈ ਆ, ਸਿੰਘਮ ਆਈਸ਼ੋ ਵੀ ਡਬ ਹੋਈ ਆ, ਮੈਨੂੰ ਲੱਗਦਾ ਵੈਬ ਸੀਰੀਜ਼ ਵੀ ਡਬ ਕਰਨਾ ਚਾਹੀਦਾ ਹੈ ਨਾ, ਕਿ ਤਾਂ ਕਿ ਬਾਕੀ ਆਡੀਅੰਸ ਵੀ ਦੇਖ ਸਕੇ ਕਿ ਆਪਣੇ ਪੰਜਾਬ 'ਚ ਵੀ ਬਹੁਤ ਕੁਛ ਹੈ, ਜਿਹੜਾ ਅਸੀਂ ਬਾਹਰ ਦਾ ਸਿਨੇਮਾ ਦੇਖਦੇ ਹਾਂ, ਆਪਣਾ ਪੰਜਾਬ ਵੀ ਬਹੁਤ ਕੁਛ ਕਰ ਸਕਦਾ। ਮੈਨੂੰ ਲੱਗਦਾ ਅਗਲੀ ਫਿਲਮ ਇੱਕ ਡਿਟੈਕਟਿਵ ਡਰਾਮਾ ਹੈਗਾ, ਬਹੁਤ ਵੱਡਾ ਐਕਸ਼ਨ ਆ, ਉਹ ਵੀ ਸ਼ਾਇਦ ਅਸੀਂ ਹਿੰਦੀ 'ਚ ਡੱਬ ਜ਼ਰੂਰ ਕਰਾਂਗੇ। ਮੈਨੂੰ ਲੱਗਦਾ ਹੈ ਕਿ ਤੁਸੀਂ ਉਸ ਲੈਵਲ ਦਾ ਸਿਨੇਮਾ ਬਣਾਓ, ਉਸ ਲੈਵਲ ਦੀ ਲੁੱਕ ਬਣੇ, ਤਾਂ ਕਿ ਲੋਕ ਆਪਣੇ ਆਪ ਹੀ ਕਹਿਣਗੇ ਡੱਬ ਹੋ ਕੇ ਇੱਧਰ ਆਵੇ। ਮੈਡਮ ਫਿਰ ਆ ਕੇ, ਚਲੋ ਠੀਕ ਹੈ ਸਰ, ਤੁਹਾਨੂੰ ਬੈਸਟ ਵਿਸ਼ਿਜ਼ ਤੁਹਾਡੀ ਵੈਬ ਸੀਰੀਜ਼ ਲਈ। ਆਈ ਐਮ ਸ਼ੋਰ ਇਹਦਾ ਜੋ ਸੈਕਿੰਡ ਪਾਰਟ ਆਏਗਾ ਉਹਨੂੰ ਵੀ ਇੰਨਾ ਹੀ ਜ਼ਿਆਦਾ ਪਿਆਰ ਮਿਲੇਗਾ, ਕਿਉਂਕਿ ਫੈਨਸ ਵੇਟ ਕਰਦੇ ਆ 5 ਐਪੀਸੋਡ ਕਿਉਂ ਬਣਾਏ ਆ। ਥੈਂਕ ਯੂ ਸੋ ਮਚ। ਥੈਂਕ ਯੂ ਜੀ।